ਕਹਿੰਦੇ ਹੱਸਦਿਆਂ ਦੇ ਘਰ ਵੱਸਦੇ, ਹੱਸਣਾ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ। ਜਿਹੜੇ ਵਿਅਕਤੀ ਹੱਸਦੇ ਨੇ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ। ਸੋ ਇੱਕ ਵਾਰੀ ਮੈਂ ਤੁਹਾਨੂੰ ਹਾਸਿਆਂ ਦੀ ਦੁਨੀਆ ਦੇ ਵਿੱਚ ਲੈ ਕੇ ਚੱਲਦਾ, ਜਿੱਥੇ ਤੁਹਾਨੂੰ ਬਹੁਤ ਸਾਰਾ ਪਿਆਰ ਮਿਲੇਗਾ, ਬਹੁਤ ਸਾਰਾ ਤੁਹਾਡਾ ਹੱਸਣ ਨੂੰ ਦਿਲ ਕਰੇਗਾ, ਹੱਸੋਗੇ ਔਰ ਤੁਹਾਨੂੰ ਮਜ਼ਾ ਆਏਗਾ। ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਜਿਹਨਾਂ ਕਲਾਕਾਰਾਂ ਨੇ ਕੰਮ ਕੀਤਾ, ਬਹੁਤ ਸਾਰੀਆਂ ਖੂਬਸੂਰਤ ਜਲੰਧਰ ਦੂਰਦਰਸ਼ਨ ਦੀਆਂ ਵਰਾਇਟੀਜ਼ ਪ੍ਰੋਗਰਾਮ ਜੋ ਅਸੀਂ ਦੇਖਦੇ ਹਾਂ ਉਹਨਾਂ ਦੇ ਵਿੱਚ ਵੀ ਕੰਮ ਕੀਤਾ, ਮੇਰੀ ਮੁਰਾਦ ਲਕਸ਼ਮਣ ਭਾਣਾ ਅਤੇ ਅਮਰਜੀਤ ਸੇਖੋਂ ਭੰਡਾ ਦੇ ਰੂਪ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਇੱਕ ਵਾਰੀ ਜ਼ੋਰਦਾਰ ਤਾੜੀਆਂ ਲਕਸ਼ਮਣ ਭਾਣਾ, ਅਮਰਜੀਤ ਸੇਖੋਂ, ਆਓ ਜੀ। ਹੈਲੋ, ਬੱਲੇ ਬੱਲੇ, ਆਹ ਕਰ ਲਾ ਨੇੜੇ ਆਇਆ, ਇਹਦਾ ਬੜੀ ਵਾਲਾ ਪਰੇ ਰੱਖ। ਹੈਲੋ, ਹਾਂ ਹਾਂ, ਬੱਲੇ 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 ਬੱਲੇ, ਬੜੀਆਂ ਰੌਣੀਆਂ ਲੱਗੀਆਂ ਪਈਆਂ ਵੀ ਇੱਧਰ ਤਾਂ ਹੈਗਾ। ਕਰੀਏ ਆਪਣਾ ਪ੍ਰੋਗਰਾਮ ਸ਼ੁਰੂ ਆਪਾਂ, ਆ ਜਾ ਫਿਰ ਕਰ, ਚੱਲ ਵੀ ਤੂੰ ਮੈਂ ਨੇੜੇ ਜਦੋਂ ਆ ਜਾ ਬੀਬਾ ਮੰਗੂ ਮੇਰੇ ਨਾਲ, ਐ ਇੱਥੇ ਬਸ ਬਸ ਬਾਹਲਾ ਨਾ ਨੇੜੇ ਆਇਆ ਕਰ। ਅੱਜ ਦਿਨ ਖੁਸ਼ੀਆਂ ਦਾ ਆਇਆ ਵੀ, ਅੱਜ ਦਿਨ ਖੁਸ਼ੀਆਂ ਦਾ ਆਇਆ, ਤੇ ਅੱਜ ਦਿਨ ਖੁਸ਼ੀਆਂ ਦਾ ਆਇਆ ਵੀ, ਅੱਜ ਦਿਨ ਖੁਸ਼ੀਆਂ ਦਾ ਆਇਆ ਵੀ, ਅੱਜ ਦਿਨ ਖੁਸ਼ੀਆਂ ਦਾ ਆਇਆ ਵੀ, ਅੱਜ ਦਿਨ ਖੁਸ਼ੀਆਂ ਦਾ ਆਇਆ, ਅੱਜ ਦਿਨ ਖੁਸ਼ੀਆਂ ਦਾ ਆਇਆ ਵੀ, ਅੱਜ ਦਿਨ ਖੁਸ਼ੀਆਂ ਦਾ ਆਇਆ ਵੀ, ਵਿਹੜੇ ਦੇ ਵਿੱਚ ਰੌਣਕਾਂ ਲੱਗੀਆਂ, ਵਿਹੜੇ ਦੇ ਵਿੱਚ ਰੌਣਕਾਂ ਲੱਗੀਆਂ, ਉਹ ਵਿਹੜੇ ਦੇ ਵਿੱਚ ਰੌਣਕਾਂ ਲੱਗੀਆਂ, ਸਤਿਗੁਰ ਕਾ ਜਨ ਚ ਆਇਆ, ਅੱਜ ਦਿਨ ਖੁਸ਼ੀਆਂ ਦਾ ਆਇਆ ਵੀ, ਅੱਜ ਦਿਨ ਖੁਸ਼ੀਆਂ ਦਾ ਆਇਆ, ਅੱਜ ਦਿਨ ਖੁਸ਼ੀਆਂ ਦਾ ਆਇਆ ਵੀ, ਅੱਜ ਦਿਨ ਖੁਸ਼ੀਆਂ ਦਾ ਆਇਆ। ਬੜੀਆਂ ਰੌਣਕਾਂ ਲੱਗੀਆਂ ਪਈਆਂ ਵੀ, ਇੱਧਰ ਬਜਾ ਬਜਾ ਹੋਈ ਪਈ ਹੈ, ਭਲੇ ਵੇਖ ਕਿਵੇਂ ਚਿੱਟੀਆਂ ਨੀਲੀਆਂ ਪਈਆਂ। ਨਾ ਕੀ ਪ੍ਰੋਗਰਾਮ ਇਹ, ਨਾ ਤੈਨੂੰ ਨੀ ਪਤਾ, ਜੇ ਮੈਨੂੰ ਪਤਾ ਹੁੰਦਾ ਮੈਂ ਤੇਰੇ ਕੋਲੋਂ ਪੁੱਛਦਾ ਤਾਂ ਵੀ ਕੀ ਪ੍ਰੋਗਰਾਮ ਆ। ਸੱਭਿਆਚਾਰਕ ਪ੍ਰੋਗਰਾਮ ਹੋ ਰਿਹਾ ਗਾਉਣ ਪਾਣੀ ਦਾ, ਰੰਗਾ ਰੰਗ, ਹਾਂ ਵੱਡੇ ਵੱਡੇ ਕਲਾਕਾਰ ਆਏ ਆ। ਅੱਛਾ 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 ਅੱਛਾ, ਠੀਕ ਆ। ਸ਼ੈਦੂ ਸ਼ਾਹ ਜੀ ਦੇ ਦਰ ਤੇ ਮੇਲਾ ਲੱਗਿਆ, ਇੱਥੇ ਬੜੀਆਂ ਮਰਾਦਾਂ ਪੂਰੀਆਂ ਹੁੰਦੀਆਂ, ਜਰਾਬਾਂ ਚੋਰੀ ਹੁੰਦੀਆਂ, ਮਰਾਦਾਂ ਪੂਰੀਆਂ ਹੁੰਦੀਆਂ, ਬੋਲਾ ਨਾ ਹੋਵੇ ਇੱਧਰ ਇੱਧਰ ਨੁਕਸਾ ਕਰਨ ਚ ਮਾੜਾ ਜਾਂਦੇ, ਉਹ ਕੀ ਬੋਲਿਆ ਕਰਾਂ, ਨੰਬਰ ਭੁਲੇਖਾ ਪਹਿਲਾਂ। ਓਏ ਅੱਛਾ ਗੱਲ ਸੁਣ ਭੰਡਾ, ਹਾਂ ਤੈਨੂੰ ਪਤਾ ਜਿੱਥੇ ਜਾਈਏ ਉੱਥੇ ਜਾਣ ਪਛਾਣ ਜ਼ਰੂਰੀ ਆ, ਜਾਣ ਪਛਾਣ ਤਾਂ ਜ਼ਰੂਰੀ ਆ, ਪੁੱਛ ਕੀ ਪੁੱਛਦਾ। ਉਹ ਮੈਂ ਪੁੱਛਦਾ ਤੇਰੇ ਜਨਮ ਦੀ ਗੱਲ, ਪੁੱਛ ਲਾ ਕਿੱਥੇ ਜੰਮਿਆ ਬਈ। ਮੈਂ ਜੰਮਿਆ ਆਪਣੇ ਫਰੀਦਕੋਟ ਜੰਮਿਆ, ਹੋਰ ਕਿੱਥੇ। ਅੱਛਾ ਅੱਛਾ ਫਰੀਦਕੋਟ, ਹਾਂ ਤੇ ਤੇਰਾ ਭਰਾ ਕਿੱਥੇ ਜੰਮਿਆ ਬਈ। ਮੇਰਾ ਭਰਾ ਜੰਮਿਆ ਤੇ ਲੁਧਿਆਣੇ। ਅੱਛਾ ਉਹ ਲੁਧਿਆਣੇ, ਉਹ ਲੁਧਿਆਣੇ, ਹਾਂ ਹਾਂ। ਤੇ ਤੇਰੀ ਭੈਣ ਕਿੱਥੇ ਜੰਮੀ? ਉਹ ਫਰੀਦਕੋਟ। ਅੱਛਾ ਉਹ ਫਰੀਦਕੋਟ, ਹਾਂ ਤੇ ਤੁਹਾਡਾ ਛੋਟਾ ਜਿਹੜਾ ਕੀਜੂ ਜਿਹਾ, ਕੀਜੂ, ਹਾਂ ਕੀਜੂ ਜੰਮਿਆ ਲੁਧਿਆਣੇ। ਅੱਛਾ ਉਹ ਲੁਧਿਆਣੇ, ਹਾਂ। ਨਾ ਗੱਲ ਸੁਣ, ਸੁਣਾ ਇਹ ਕੀ ਹੋਇਆ, ਕੋਈ ਲੁਧਿਆਣੇ ਕੋਈ ਫਰੀਦਕੋਟ, ਕੋਈ ਲੁਧਿਆਣੇ ਕੋਈ ਫਰੀਦਕੋਟ, ਇਹਦੇ ਵਿੱਚ ਸਾਡਾ ਕੀ ਕਸੂਰ ਆ ਵੀ? ਨਾ ਗੱਲ ਸੁਣ, ਹੋਰ ਕਿਹਦਾ ਕਸੂਰ ਆ? ਇਹ ਗੌਰਮੈਂਟ ਦਾ ਕਸੂਰ ਆ। ਓਏ ਗੌਰਮੈਂਟ ਦਾ? ਹਾਂ ਉਹ ਕਿਵੇਂ ਬਈ? ਉਹਨਾਂ ਨੇ ਸਾਡੇ ਬੁੜੇ ਨੂੰ ਪਰਮਿਟ ਹੀ ਫਰੀਦਕੋਟ ਤੋਂ ਲੁਧਿਆਣੇ ਦਾ ਦਿੱਤਾ ਸੀਗਾ, ਅਪ ਡਾਊਨ ਕਰਦਾ ਹੀ ਡੇਲੀ। ਕਹਾਣੀ ਦੇ ਗੱਲ ਸੁਣੋ, ਸੁਣਾ ਬਈ। ਤੇਰੇ ਮੂੰਹ ਚੋਂ ਮੁਸ਼ਕ ਜਿਹਾ ਮਾਰਦਾ, ਸ਼ਰਾਬ ਪੀਤੀ ਆ? ਉਹ ਪਾਣੀ ਦਾਣੀ ਪੀਤੀ, ਦੋ ਪੈਗ ਲਾਇਆ, ਦੋ ਪੈਗ, ਉਹ ਕਾਸ ਤੋਂ ਬਈ? ਉਹ ਜਾਂ ਮਣ ਥਕੇਵਾ ਹੋ ਗਿਆ ਸੀਗਾ। ਥਕੇਵਾ? ਹਾਂ ਥਕੇਵਾ ਤੈਨੂੰ ਕਾਹਦਾ ਹੋ ਗਿਆ ਹੋਵੇ? ਗੱਲ ਸੁਣ, ਅਸੀਂ ਕੈਂਪ ਲਾ ਸੀ, ਕੈਂਪ। ਅੱਛਾ ਭੱਜ ਭੱਜ ਕੰਮ ਕਰਦੇ ਸੀਗੇ, ਭੱਜ ਭੱਜ ਕੰਮ ਕਰਦੇ ਸੀ, ਮੇਜ ਚੱਕ ਲਿਆਂਦਾ, ਅੱਛਾ ਕੁਰਸੀ ਚੱਕ ਲਿਆਂਦੀ, ਕੁਰਸੀ ਚੱਕ ਲਿਆਂਦੀ, ਦੜੀਆਂ ਵਿਛਾ ਦੀਆਂ, ਐ ਭੱਜ ਭੱਜ ਕਰਦਾ ਕੰਮ, ਥਕੇਵਾ ਤਾਂ ਹੋ ਜਾਂਦਾ, ਕੀ ਹੋਵੇ ਦੋ ਪੈਗ ਲਾ ਲੇ। ਨਾ ਗੱਲ ਸੁਣ, ਸੁਣਾ ਕੈਂਪ ਲਾਇਆ ਕਾਹਦਾ ਸੀ ਬਈ? ਕੈਂਪ? ਹਾਂ ਕੈਂਪ ਅਸੀਂ ਨਸ਼ਾ ਚੜਾਉਣ ਲਾਇਆ ਸੀਗਾ। ਕੀ ਹੋ ਗਿਆ? ਨਸ਼ੇ ਕਰਦੇ ਲੋਕਾਂ ਨੂੰ ਨਸ਼ੇ ਚੜਾਉਂਦੇ, ਉਹ ਪਰਦੇ ਨਾਲ ਚੱਲਦਾ, ਪਰਦੇ ਨਾਲ ਇੱਥੇ ਬਥੇਰਿਆਂ ਦੇ ਲੱਗੇ ਪਏ ਆ। ਇਹ ਬੜਾ ਕੁੜਤਾ ਜਿਹਾ ਪੱਟਿਆ ਹੈ, ਇਹ ਕਿੱਥੋਂ ਲਿਆਂਦਾ ਹੈ ਇਹ ਕੁੜਤਾ? ਹਾਂ ਇਹ ਆਪਣੇ ਉਹ ਬਾਜ਼ਾਰ ਵਾਲੀ ਸਾਲੀ ਤੋਂ। ਬਾਜ਼ਾਰ ਵਾਲੀ ਸਾਲੀ? ਹਾਂ ਬਾਜ਼ਾਰ ਵਾਲੀ ਸਾਲੀ ਤੇਰੀ ਕਿਹੜੀ ਹੋਈ ਯਾਰ, ਤੈਨੂੰ ਨੀ ਪਤਾ? ਉਹ ਬਾਜ਼ਾਰ ਚ ਆਪਾਂ ਜਦੋਂ ਵੜ ਜਾਂਦੇ ਆ, ਵੱਡੀ ਸਾਰੀ ਦੁਕਾਨ ਆ, ਬਾਹਰ ਬੁੜੀ ਖੜੀ ਸੋਹਣੀ ਜੀ, ਉੱਥੇ ਲੀੜੇ ਜੇ ਪਾਏ, ਘੱਗਰਾ ਜਿਹਾ ਪਾਇਆ, ਤੇ ਬੜੀ ਭੀੜ ਹੁੰਦੀ ਆ, ਬੁੜੀਆਂ ਕੁੜੀਆਂ ਬੰਦੇ, ਬੜੀ ਉੱਥੇ ਭੀੜ ਹੁੰਦੀ ਆ, ਤੇ ਨਾਲੇ ਉਹਨਾਂ ਨੇ ਬਾਰ ਚ ਲਿਖਿਆ ਉਹ ਦੋ ਤਿੰਨ ਵਾਰੀ ਸਾਲੀ ਸਾਲੀ ਸਾਲੀ, ਉੱਥੋਂ ਲੈ ਕੇ ਆਉਂਦਾ। ਉਹ ਮੋਟੇ ਦਿਮਾਗ ਦਾ ਬੇਵਕੂਫਾ, ਕੀ ਆ ਓਏ, ਸਾਲੀ ਨਹੀਂ ਲਿਖਿਆ ਉਹ ਸੇਲ ਲਿਖਿਆ, ਸੇਲ ਸੇਲ ਲਿਖਿਆ। ਉਹ ਚੱਲ ਮੈਂ ਤਾਂ ਸਾਲੀ ਸਮਝ ਕੇ ਵੜ ਗਿਆ, ਚੱਲ ਕੋਈ ਚੀਜ਼ ਖਰੀਦੀ, ਚੱਲ ਚੱਲ ਗਿਆ ਕੰਮ, ਵਧੀਆ ਲਿਆਂਦਾ, ਮਾੜਾ ਤਾਂ ਨਹੀਂ। ਤੇਰੀ ਵੀ ਖਾਦ ਹੋ ਗਈ, ਤੇਰੇ ਪੈਰਾਂ ਦੇ ਖੁਰਕ ਮੂੰਹ ਦਾ ਦੱਦ ਹੋ ਗਈ, ਡਾਕਟਰ ਸਾਹਿਬ ਦਾ ਇਲਾਜ ਕਰਾ ਲਾ, ਕਿਉਂ ਕੁੱਟੀ ਜਾਣਾ ਉਹ? ਗੱਲ ਸੁਣੋ, ਲੇਟ ਹੋ ਗਿਆ, ਕੀ ਗੱਲ ਹੋ ਗਈ? ਲੇਟ ਦੀ ਗੱਲ ਸੁਣ ਲੈ, ਹਾਂ ਮੈਂ ਕਿਹਾ ਸੋਰੀ,
ਅੱਛਾ ਅੱਛਾ ਹਾਂ ਜਿਹਦੇ ਜਿਹਦਾ ਜਨਮ ਮਾੜਾ ਹੋਵੇ ਆਏ ਹੁੰਦਾ ਹੁੰਦਾ ਹਾਂ ਸੌਰੀ ਗਿਆ ਹਾਂ ਮੈਂ ਚੜ ਗਿਆ ਰੋਡਵੇਜ ਦੀ ਬੱਸ ਤੇ ਅੱਛਾ ਅੱਛਾ ਰੋਡਵੇਜ ਦੀ ਬੱਸ ਉਹ ਕਾਰਪੋਰੇਸ਼ਨ ਘੋੜੇ ਵਾਲੀ ਅੱਛਾ ਮੈਂ ਆਖਿਆ ਮੈਂ ਜਿਹੜਾ ਪ੍ਰੋਗਰਾਮ ਤੇ ਮੈਨੂੰ ਖਰਾਬ ਨਾ ਕਰੀ ਹਾਂ ਕਹਿੰਦਾ ਤੂੰ ਬਹਿ ਜਾ ਚੁੱਪ ਕਰਕੇ ਕਰਾ ਅੱਛਾ ਇਹਦਾ ਗਈ ਫਰੀਦਕੋਟ ਆਏ 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 ਮਾਚਾ ਠੀਕ ਹੈ ਮੈਂ ਬਹਿ ਗਿਆ ਭਾਈ ਅੱਛਾ ਬਹਿ ਗਿਆ ਹਾਂ ਬਹਿ ਗਿਆ ਹਾਂ ਤੇ ਹਜੇ ਥੋੜੀ ਜਿਹੀ ਵਾਟ ਆਈ ਤੇ ਕਹਿੰਦੇ ਕੜਿਚ 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 ਮੈਂ ਕੀ ਹੋ ਗਿਆ ਓਏ ਹਾਂ ਕਹਿੰਦਾ ਕਿ ਇੰਜਨ ਚ ਨੁਕਸ ਪੈ ਗਿਆ ਅੱਛਾ ਇੰਜਨ ਚ ਨੁਕਸ ਹਾਂ ਮੈਂ ਹੁਣ ਹਾਂ ਕਹਿੰਦਾ ਦੂਜੀ ਬੱਸ ਆਊ ਚ ਰਾ ਜਾਗੇ ਹਾਂ ਬਾਕੀ ਤੁਮ ਵੀ ਨਾਲ ਹੀ ਸਾਰਿਆਂ ਦੇ ਹਾਂ ਮੈਂ ਗੱਲ ਤਾਂ ਦੇ ਠੀਕ ਆ ਕਾ ਥੱਲੇ ਉਤਰ ਜਾਓ ਫਿਰ ਥੱਲੇ ਉਤਰ ਗਏ ਭਾਈ ਅੱਛਾ ਸਾਰੇ ਖੜ ਗਏ ਹਾਂ ਤੇ ਮੇਰੀ ਨਿਗਾਹ ਪੈ ਗਈ ਘੋੜੇ ਦੇ ਭੰਡਾ ਅੱਛਾ ਉਹ ਜਿਹੜਾ ਘੋੜਾ ਜਿਹਾ ਹੋਇਆ ਹੁੰਦਾ ਦੋ ਚੱਕਰ ਦੇ ਵਿੱਚ ਬਣਾਇਆ ਹੁੰਦਾ ਅੱਛਾ ਤੇ ਕਨੈਕਟਰ ਮੇਰੇ ਕੋਲੇ ਖੜਾ ਹਾਂ ਮੈਂ ਕਨੈਕਟਰ ਸਾਹਿਬ ਹਾਂ ਮੈਨੂੰ ਐ ਦੱਸੋ ਤੇ ਆ ਕੀ ਲਿਖਿਆ ਅੱਛਾ ਮੈਨੂੰ ਕਹਿੰਦਾ ਪੜ ਲਾ ਤੂੰ ਅੰਨਾ ਮੈਂ ਨਹੀਂ ਮੈਂ ਅਨਪੜ ਬੰਦਾ ਤੂੰ ਪੜ ਕੇ ਸੁਣਾ ਦੇ ਕੀ ਲਿਖਿਆ ਅੱਛਾ ਇਹ ਕਹਿੰਦਾ ਗੁਰਬਾਣੀ ਦਾ ਵਾਕ ਲਿਖਿਆ ਮੂਰਖਾ ਇਹ ਲਿਖਿਆ ਜਹਾਂ ਜਾਈਏ ਤਹਾਂ ਸਹੇਲੇ ਅੱਛਾ ਮੈਂ ਵਾਕਿਆ ਠੀਕ ਆ ਬਹੁਤ ਵਧੀਆ ਗੱਲ ਲਿਖੀ ਆ ਮੈਂ ਹੁਣ ਇਹਦੇ ਫਿਰ ਮਗਰਲੇ ਪਾਸੇ ਤੂੰ ਆਪ ਲਿਖ ਦੇ ਜਿੱਥੇ ਖੜ ਗਈ ਆ ਉੱਥੇ ਵੇਲੇ ਖਾਈ ਚਲੋ ਕੇਲੇ ਲੇਟ ਆਉਣਗੇ ਮੇਲੇ।